ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਾ ਤਿੰਨਾ ਉਹ ਮੁਰਸ਼ਦ ਤਿੰਨਾ ਉਹ ਮਰੀਦ ਹੁੰਦੇ ਜਿਸਾਈ ਸਿਰਾਂ ਦੀ ਜੇ ਕਰਨਾ ਦਈਏ ਜਿਸੋ ਦੇ ਅਣਕਦੇ ਨਹੀਂ ਖਰੀਦ ਹੁੰਦੇ ਤੇਗ ਚਪਰਦੀ ਜਿਨ੍ਹਾਂ ਨੂੰ ਝਣਕਦੀ ਏ ਜੀ ਢਹਿੰਦੇ ਦਿਲਾਂ ਦੀ ਉਹ ਕਤਲ ਕਹਾਂ ਵੀ ਪੂਜੀਆਂ ਜਾਨ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਰਕਾਰੇ ਕੁੱਲ ਆਲਮ ਲੋਕ ਲੋਕ ਦਾ ਸੁੱਖ ਦੇਣ ਵਾਲੇ ਗੁਰਸਿੱਖ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨ ਵਾਲੇ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਗੋਦ ਦੇ ਅੰਦਰ ਜੁੜ ਬੈਠੇ ਹੋ। ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਛੱਜੋ ਸਿੰਘ ਜੀ ਦੇ ਜੋੜ ਮੇਲੇ ਆਪ ਜੀ ਇਕੱਤਰ ਹੋਏ ਹੋ ਜੋੜ ਮੇਲੇ ਦੇ। ਸੋ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਵਿਨ ਭਾਗਾਂ ਸਤਸੰਗ ਨਾਲ ਲੱਭੈ ਮਿਲ ਸੰਗਤ ਮੈਲ ਪ੍ਰੀ ਜੈ ਜੀ। ਸੰਗਤ ਜੀ ਬਿਨਾਂ ਭਾਗ ਹੁਣ ਫੇਰ ਸੰਗਤ ਪ੍ਰਾਪਤ ਹੁੰਦੀ ਹੈ। ਆਓ ਵੱਡਿਆਂ ਭਾਗਾਂ ਵਾਲੇ ਹੋ, ਮਹਾਂਪੁਰਸ਼ਾਂ ਦੀ ਯਾਦ ਦੇ ਅੰਦਰ ਜੁੜ ਬੈਠੇ ਹੋ। ਮੇਰੇ ਤੋਂ ਪਹਿਲਾਂ ਕਵੀਸ਼ਰ ਸਿੰਘਾਂ ਨੇ ਸੰਤਾਂ ਮਹਾਂਪੁਰਖਾਂ ਦੀ ਆਪ ਜੀ ਸਾਹਮਣੇ ਉਸਤੁਤ ਕੀਤੀ ਹੈ, ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜ ਕੇ ਗਏ ਹਨ। ਸੰਗਤ ਜੀ ਸੱਚ ਕਰਕੇ ਜਾਣਿਓ, ਜਿੱਥੇ ਸ਼ਹੀਦਾਂ ਦਾ ਇਤਿਹਾਸ ਨਹੀਂ ਨਾ ਹੁੰਦਾ ਉਹ ਸਟੇਜ ਦੂਰੀ ਹੁੰਦੀ ਹੈ, ਜਿੱਥੇ ਸੱਚ ਨਾ ਬੋਲਿਆ ਜਾਵੇ ਉਹ ਸਟੇਜ ਦੂਰੀ ਹੁੰਦੀ ਹੈ। ਸੋ ਸੰਗਤ ਜੀ ਆਪ ਜੀ ਅਸੀਸ ਬਖਸ਼ੋ। ਆਪ ਜੀ ਨੂੰ ਜੋ ਕਿ ਇਤਿਹਾਸ ਦੇ ਪੰਨੇ ਵਿੱਚ ਦੋ ਕਵਿਤਾਵਾਂ ਸੰਤਾਂ ਮਹਾਂਪੁਰਖਾਂ ਦੀ ਕਵਿਤਾ ਜੋ ਕਿ ਸ਼ਹੀਦਾਂ ਦੀ ਕਵਿਤਾ, ਅੱਜ ਦੇ ਹਾਲਾਤ ਦੀ ਕਵਿਤਾ, ਜੋ ਅੱਜ ਦੇ ਸਿੱਖ ਕੌਮ ਦੇ ਹਾਲਾਤ ਹੋ ਗਏ ਹਨ, ਜੋ ਕਿ ਪੰਜਾਬ ਦੇ ਹਾਲਾਤ ਹੋ ਗਏ ਹਨ, ਅਤੇ ਜੋ ਕਿ ਸਿੱਖ ਕੌਮ ਨੂੰ ਬਹੁਤ ਲੋੜ ਹੈ ਉਸ ਯੋਧੇ ਦੀ, ਉਹ ਵਾਰਤਾ ਆਪ ਜੀ ਦੇ ਸਾਹਮਣੇ ਕਹਿ ਕੇ ਖਿਮਾ ਦੇ ਜਾ ਚੁਕਾਉਣਾ ਹੈ। ਸੋ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਧਰਾਈਏ ਸੰਗਤ ਜੀ, ਅਤੇ ਕੋਈ ਫਤਿਹ ਤਾਂ ਨਾ ਮਾਂਝਾ ਰਹੇ। ਸਰ ਕੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜ਼ੁਲਰ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬਹੂ ਨਾ ਛੱਡੇ ਖੇਤ, ਐਸੀ ਮਰਨੀ ਜੋ ਮਰੈ ਜੋ ਬਾਹਰ ਨਾ ਮਰਨਾ ਹੋਏ। ਆਓ ਸੰਗਤ ਜੀ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਇਤਿਹਾਸ ਵਿੱਚੋਂ। ਅਸੀਂ ਕੀ ਮਾਰੀਆਂ ਮੱਲਾਂ ਦੱਸਾਂ ਮੈਂ ਸੱਚੀਆਂ ਗੱਲਾਂ। ਸੋ ਆਹ ਕਵਿਤਾ ਬੜੇ ਪਿਆਰ ਸਤਿਕਾਰ ਸਾਹਿਬ ਸਰਵਣ ਕਰਿਓ, ਇਹ ਅੱਜ ਦੇ ਹਾਲਾਤ ਅਨੁਸਾਰ ਕਵਿਤਾ ਹੈ ਜੋ ਕਿ ਪੰਜਾਬ ਦੇ ਹਾਲਾਤ ਨੇ, ਉਹ ਕਵਿਤਾ ਹੈ ਆਪ ਜੀ ਦੇ ਸਾਹਮਣੇ। ਸੋ ਬੜੇ ਪਿਆਰ ਸਤਿਕਾਰ ਸਾਹਿਬ ਸਰਵਣ ਕਰੋ। ਅਸੀਂ ਕੀ ਮਾਰੀਆਂ ਮੱਲਾਂ ਦੱਸਾਂ ਮੈਂ ਸੱਚੀਆਂ ਗੱਲਾਂ, ਅਸੀਂ ਕੀ ਕੀਤੇ ਕਾਰੇ ਜੀ ਕਿੰਜ ਬਣ ਗਏ ਪੁਲਰ ਹਵਾਰੇ ਦੇਸ਼ ਲਈ ਬਾਗੀ, ਓਏ ਅਸੀਂ ਸਿਰ ਤੇ ਬਣ ਕੇ ਪੱਗਾਂ ਡੱਕੀਆਂ ਅਸੀਂ ਸਰਹੱਦਾਂ, ਅਸੀਂ ਕਲਗੀਧਰ ਤੇ ਜਾ ਓਏ ਚੁਲਮ ਟਕਨੋਂ ਆਇਓ ਚੇਰ ਪ
ਪੰਜਾਬੀ ਜੀ ਅਸੀਂ ਕੀ ਮਾਰੀਆਂ ਮੱਲਾ ਦੱਸਾਂ ਮੈਂ ਸੱਚੀਆਂ ਗੱਲਾਂ ਓ ਅਸੀਂ ਕੀ ਕੀਤੇ ਕਾਰੇ ਜੀ ਕਿੰਜ ਬਣ ਗਏ ਪਲਰ ਹਵਾਰੇ ਦੇਸ਼ ਲਈ ਬਾਗੀ ਅਸੀਂ ਸਿਰ ਤੇ ਬਣ ਕੇ ਪੱਗਾਂ ਡੱਕੀਆਂ ਅਸੀਂ ਸਰਹੱਦਾਂ ਅਸੀਂ ਕਲਗੀ ਧਰ ਤੇ ਜਾਏ ਜ਼ੁਲਮ ਡੱਕਣ ਆਇਓ ਚੇਰ ਪੰਜਾਬੀ ਜੀ ਤੁਸੀਂ ਕਰਦੇ ਰਹੇਗਾ ਦਾਰੀ ਬੈਠੇ ਕੁਰਸੀ ਤੇ ਮੱਲ ਮਾਰੀ ਅਸੀਂ ਵੀ ਹਾਂ ਦੇਸ਼ ਦੇ ਵਸੀ ਬਸ ਚੜਦੇ ਰਹੇ ਹਾਂ ਫਾਂਸੀ ਸੋਚ ਸਾਡੇ ਬਾਰੇ ਜਿਹੜੇ ਰਹੇ ਕਮਾਉਂਦੇ ਚਰਖੀ ਉਹਨਾਂ ਦੀ ਮਨਾਉਂਦੇ ਬਰਸੀ ਜਿਹਨਾਂ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੂੰ ਕਹਿਤਵਾਦੀ ਨੀ ਤੂੰ ਸਰਕਾਰੇ ਫਟ ਚਰਾਸੀ ਵਾਲੇ ਸਾਨੂੰ ਅਜੇ ਤੱਕ ਨਹੀਂ ਭੁੱਲੇ ਉਹ ਤੂੰ ਲੱਖਾਂ ਮਾਰ ਪਿੱਤੋਸ਼ੇ ਉਹ ਫਿਰ ਜਗਤੀ ਸਟੈਟਲ ਜੇ ਖੁੱਲੇ ਓਏ ਅਸੀਂ ਇੱਕ ਮਾਰਤੀ ਇੰਦਰਾ ਸਾਨੂੰ ਝੱਟ ਮਾਰ ਕੇ ਜਿੰਦਰਾ ਫਾਂਸੀ ਤੇ ਚੜੇ ਜਿਹੜੇ ਰਹੇ ਕਮਾਉਂਦੇ ਚਰਖੀ ਉਹਨਾਂ ਦੀ ਮਨਾਉਂਦੇ ਬਰਸੀ ਜਿਹਨਾਂ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੂੰ ਕਹਿਤਵਾਦੀ ਨੀ ਤੂੰ ਸਰਕਾਰੇ ਜੀ ਸਾਡੇ ਆਪਣਿਆਂ ਨੇ ਹੀ ਕੀਤਾ ਹਮਲਾ ਹਰ ਮੰਦਰ ਉੱਤੇ ਓਏ ਉਹਨੂੰ ਪੈਂਦੀ ਮਾਰਨੀ ਗੋਲੀ ਜੋ ਵਫਾਦਾਰ ਨਾ ਕੁੱਤੇ ਕਈ ਦੇਸ਼ ਕੌਮ ਲਈ ਬਲੀਆਂ ਸਾਡੇ ਦਿਲ ਤੇ ਕੋਮਲ ਕਲੀਆਂ ਜਿਸਮ ਬੁਲਾਦੀ ਓਏ ਅਸੀਂ ਸਿਰ ਤੇ ਬਣ ਕੇ ਪੱਗਾਂ ਡੱਕੀਆਂ ਅਸੀਂ ਸਰਹੱਦਾ ਅਸੀਂ ਕਲਗੀ ਧਰ ਤੇ ਜਾਏ ਜ਼ੁਲਮ ਡੱਕਣ ਆਇਓ ਚੇਰ ਪੰਜਾਬੀ ਜੀ ਹੁਣ ਫੜੀਆਂ ਮਾਰਨ ਵਾਲੇ ਓਏ ਤਾਂ ਗਏ ਓਏ ਹੁਣ ਫੜੀਆਂ ਮਾਰਨ ਵਾਲੇ ਉਦੋਂ ਗਏ ਸੀ ਸੂਰਮੇ ਕਿੱਥੇ ਜਦੋਂ ਜੰਝੂ ਤਿਲਕ ਦੀ ਖਾਤਰ ਓਏ ਸਾਡੇ ਗੁਰੂਆਂ ਸਿਰ ਸੀ ਦਿੱਤੇ ਮੁਗਲਾਂ ਤੋਂ ਬਚਾਈਆਂ ਇੱਜ਼ਤਾਂ ਲਿਖੀਆਂ ਇਤਿਹਾਸਕ ਲਿਖਤਾਂ ਪੜ੍ਹੋ ਹਾਂ ਬਾਜੀ ਓਏ ਅਸੀਂ ਸਿਰ ਤੇ ਬਣ ਕੇ ਪੱਗਾਂ ਡੱਕੀਆਂ ਅਸੀਂ ਸਰਹੱਦਾਂ ਅਸੀਂ ਕਲਗੀ ਧਰ ਤੇ ਜਾਏ ਜ਼ੁਲਮ ਡੱਕਣ ਆਇਓ ਚੇਰ ਪੰਜਾਬੀ ਖਾ ਖਾ ਕੇ ਝੂਟੀਆਂ ਕਸਮਾਂ ਸਾਥੋਂ ਅਨੰਦਪੁਰ ਅਸੀਂ ਛਡਵਾਇਆ ਹੁਣ ਕਰਕੇ ਝੂਠੇ ਵਾਅਦੇ ਜੀ ਪੰਜਾਬ ਨੂੰ ਖੂੰਜੇ ਲਾਇਆ ਜੜੇ ਫਾਂਸੀ ਉੱਤੇ ਸਰਾਬੇ ਭਗਤ ਸਿੰਘ ਤੇ ਗਦਰੀ ਬਾਬੇ ਫਿਰ ਆਈ ਆਜ਼ਾਦੀ ਓਏ ਅਸੀਂ ਸਿਰ ਤੇ ਬਣ ਕੇ ਪੱਗਾਂ ਡੱਕੀਆਂ ਅਸੀਂ ਸਰਹੱਦਾਂ ਅਸੀਂ ਕਲਗੀ ਧਰ ਤੇ ਜਾਏ ਜ਼ੁਲਮ ਡੱਕਣ ਆਇਓ ਚੇਰ ਪੰਜਾਬੀ ਜੀ ਹੌਸਲਿਆਂ ਵਾਲਾ ਬਾਗ ਸਾਨੂੰ ਅਜੇ ਤੱਕ ਨਹੀਂ ਭੁੱਲਿਆ ਜੀ ਉਹ ਖੂਨ ਸਿੱਖਾਂ ਦਾ ਡੁੱਲ ਕੇ ਇਹ ਫੇਰ ਤਿਰੰਗਾ ਚੁੱਲਿਆ ਨਸ਼ਿਆਂ ਵਿੱਚ ਰੁਲੀ ਜ਼ਬਾਨੀ ਕਰਜ਼ ਹੇਠ ਪਸੀ ਕਿਸਾਨੀ ਲਾਉਣੇ ਐਵੇਂ ਨਾਰੇ ਜਿਹੜੇ ਰਹੇ ਕਮਾਉਂਦੇ ਚਰਖੀ ਉਹਨਾਂ ਦੀ ਮਨਾਉਂਦੇ ਬਰਸੀ ਜਿਹਨੇ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੂੰ ਕਹਿਤਵਾਦੀ ਨੀ ਤੂੰ ਸਰਕਾਰੇ ਜੀ ਦਿਨ ਰਾਤ ਕਿਸਾਨੀ ਕਰਕੇ ਅਸੀਂ ਢਿੱਡ ਦੇਸ਼ ਦਾ ਭਰੀਏ ਅਸੀਂ ਆਪ ਸੌਂਦੇ ਹਾਂ ਭੁੱਖੇ ਉਹ ਭੁੱਖਿਆਂ ਨੂੰ ਕਿਸੇ ਨਾ ਚਰੀਏ ਅਸੀਂ ਮੌਤ ਨਾ ਵੇਖ ਭਰਾਈਏ ਅਸੀਂ ਸਦਾ ਗਦਾਰ ਢਾਈ ਜੋ ਕਰਨ ਕਰਾਬੀ ਜਿਹੜੇ ਰਹੇ ਕਮਾਉਂਦੇ ਚਰਖੀ ਉਹਨਾਂ ਦੀ ਮਨਾਉਂਦੇ ਬਰਸੀ ਜਿਹਨੇ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੂੰ ਕਹਿਤਵਾਦੀ ਨੀ ਤੂੰ ਸਰਕਾਰੇ ਜੀ ਜੋ ਸਾਨੂੰ ਦੀ ਅਣਖ ਵਗਾਰੇ ਜੀ ਜੋ ਸਾਡੀ ਅਣਖ ਵਗਾਰੇ ਓਏ ਅਸੀਂ ਕਦੇ ਨਾ ਜੂੰਦਾ ਛੱਡਿਆ ਅਸੀਂ ਲੱਖਾਂ ਪੈਰਿਆਂ ਅੰਦਰ
ਅਸੀਂ ਸੇ ਮਸੇ ਦਾ ਵੱਡਿਆ ਓਏ ਅਸੀਂ ਕਦੇ ਨਾ ਖਾਧੀਆਂ ਹਾਰਾ ਸਾਨੂੰ ਟੋਪਿਆ ਸਦਾ ਕਦਾਰੇ ਕੁਝ ਲੋਕ ਨਕਾਰੇ ਜਿਹੜੇ ਰਹੇ ਕਮਾਉਂਦੇ ਚਰਕੀ ਉਹਨਾਂ ਦੇ ਬਣਾਉਂਦੇ ਬਰਸੀ ਜਿਨ ਲੈ ਕੇ ਦਿੱਤੀ ਜੀ ਉਹਨਾਂ ਨੂੰ ਕਹਿਤਵਾਦੀ ਨੇ ਤੂੰ ਸਰਕਾਰੇ ਜੀ ਜੋ ਜਾ ਸਾਨੂੰ ਜਿੰਨੀ ਵਰੀ ਵੀ ਵੰਡਿਆ ਜੋ ਸਾਨੂੰ ਜਿੰਨੀ ਵਾਰੀ ਵੀ ਵੰਡਿਆ ਸਾਡੀਆਂ ਯੋਨੀਆਂ ਫੁੱਟਣ ਸਾਕਾ ਸੰਤੋ ਢਿੱਲੋਂ ਦੀਆਂ ਸਿਫਤਾਂ ਕੀ ਆਪਣੇ ਮੂੰਹੋਂ ਆਖਾ ਐਸੇ ਕਦੇ ਨਾ ਖਾਧੀਆਂ ਹਾਰਾ ਸਾਨੂੰ ਡੋਬਿਆ ਸਦਾ ਕਦਾ ਕੁਝ ਲੋਕ ਨਕਾਰੇ ਜਿਹੜੇ ਰਹੇ ਕਮਾਉਂਦੇ ਚਰਖੀ ਉਹਨਾਂ ਦੀ ਮਨੋ ਦੇ ਪਰਸੀ ਜਿਹਨੇ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਨੂੰ ਕਹਿਤਵਾਦੀ ਨੀ ਤੂੰ ਸਰ ਕਾਰੇ ਸੋ ਸੰਗਤ ਜੀ ਇਹ ਸੀ ਅੱਜ ਦੇ ਹਾਲਾਤਾਂ ਦੀ ਕਵਿਤਾ ਵੀਹਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਜੋ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰੋਲੇ ਮਹਾਂਪੁਰਸ਼ਾਂ ਦੀ ਕਵਿਤਾ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਸੋ ਆਪ ਬੜੇ ਪਿਆਰ ਸਤਿਕਾਰ ਸਾਹਿਬ ਸਰਵਣ ਕਰੋ ਜੀ ਦੁਨੀਆਂ ਵਿੱਚੋਂ ਸੂਰਮੇ ਹੋ ਕੇ ਤਰੇ ਅਨੇਕਾ ਜੁਗ ਪਰਟਾਊ ਸ਼ੇਰ ਹੈ ਭਿੰਡਰਾ ਵਾਲਾ ਏਕ ਲੰਬਾ ਦਾੜਾ ਫੱਪਦਾ ਅੱਖਾਂ ਵਾਂਗ ਬਲੋਰ ਭਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਜੀ ਦੁਨੀਆਂ ਵਿੱਚੋਂ ਸੂਰਮੇ ਹੋ ਕੇ ਤੁਰੇ ਅਨੇਕ ਜੁਗ ਪਲਟਾਊ ਸ਼ੇਰ ਹੈ ਪਿੰਡਰਾ ਵਾਲਾ ਏਕ ਪਿੰਡਰਾ ਵਾਲੇ ਸ਼ੇਰਦਾਰ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰਦਾਰ ਨਹੀਂ ਕੁਸਾਨੀ ਹੋਰ ਜੀ ਰੋਂਦਾ ਪਰਿਆ ਗਾਤਰਾ ਗਾਤਰਾ ਹੋ ਸਰੀਰ ਜਾਤੀ ਦਾ ਪ੍ਰਤੀਕ ਹੈ ਸੰਤਾਂ ਦੇ ਹੱਥ ਤੀਰ ਗਲ ਵਿੱਚ ਸੋਭਾ ਪਾਵਦਾ ਪਿਸਟਲ ਨਵਾਂ ਨਿਕੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਜੀ ਰੈਕ ਵਿੱਚ ਟਾਂਕ ਸਾਲ ਦੇ ਬਹੁਤਾ ਪਾਇਆ ਮਾਣ ਮੁਖੀ ਬਣਿਓ ਚੌਦਵੇਂ ਹੋ ਕੇ ਜਦ ਪਰਵਾਣ ਚਰਨੀਆਂ ਕੇ ਝੁੱਕ ਕੇ ਵੱਡੇ ਆਕਣ ਖੋਰ ਪਿੰਡਰਾ ਵਾਲੇ ਸ਼ੇਰਦਾਰ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰਦਾਰ ਨਹੀਂ ਕੁਸਾਨੀ ਹੋਰ ਜੀ ਸੋਢੀ ਵਰਗੇ ਸੂਰਮੇ ਸੂਰਮੇ ਹਰਦਮ ਰਹਿੰਦੇ ਨਾਲ ਅਮਰੀਕ ਸਿੰਘ ਜੀ ਖਾਲਸਾ ਆਪਣੀ ਆਪ ਮਸਾਲ ਸੰਤਾਂ ਦੀ ਤੱਕ ਚੜ੍ਹਤ ਨੂੰ ਦੁਸ਼ਟ ਮਚਾਉਂਦੇ ਚੋਰ ਪਿੰਡਰਾ ਵਾਲੇ ਸ਼ੇਰਦਾਰ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰਦਾਰ
ਕਿਸਾਨੀ ਹੋ ਰਾ ਜੀ ਨਾਲ ਹਥਿਆਰਾਂ ਲੈਸ ਹੋ ਚੜਦੇ ਜਦੋਂ ਜਵਾਨ ਸੋਪਿਆ ਸਰਕਾਰ ਨੂੰ ਵੇਖ ਅਨੋਖੀ ਸ਼ਾਨ ਵਿੱਚੋਂ ਵਿੱਚ ਹੀ ਝੂਰਦੇ ਝੂਰੇ ਜੈਸੇ ਮੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਕੀ ਕਰਦੇ ਜਦ ਤੱਕ ਰੀ ਨਸੀ ਜਸ਼ਨਾਟਾ ਸ਼ਾਹ ਬੋਝ ਸ਼ੀਲੇ ਮਰਦ ਦੇ ਸੰਗਤਾਂ ਸੁਣ ਦੇ ਆਣ ਲਗਾ ਸਿੰਘ ਨਾ ਚੁੱਕਦੇ ਦਿੱਲੀਏ ਲਾਲੇ ਆਪਣਾ ਜੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਪਿੰਡਰਾ ਵਾਲੇ ਸ਼ੇਰ ਦਾ ਨਹੀਂ ਕੁਸਾਨੀ ਹੋਰ ਜੀ ਸਿਰ ਜਾਵੇ ਪਰ ਸਿਦਕ ਨਾ ਸਿਰ ਜਾਵੇ ਪਰ ਸਿਦਕ ਨਾ ਕਹਿੰਦੇ ਰਹੇ ਹਮੇਸ਼ ਖਾਲਸਤਾਨ ਲਿਆਵਣਾ ਵਿੱਚ ਆਪਣੇ ਦੇਸ਼ ਸੁਖਮੀਤ ਸਿੰਘ ਦੇ ਸੁਖਜੀਤ ਦੀ ਮਾਲਕ ਦੇ ਹੱਥ ਡੋਰ ਪਿੰਡਰਾਂ ਵਾਲੇ ਬੱਬਰ ਸ਼ੇਰ ਦਾ ਨਹੀਂ ਕੋਈ ਸਾਨੀ ਹੋਰ ਪਿੰਡਰਾਂ ਵਾਲੇ ਬੱਬਰ ਸ਼ੇਰ ਦਾ ਨਹੀਂ ਕੋਈ ਸਾਨੀ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਿੰਘ ਸਾਹਿਬ ਭਾਈ ਸੁਖਮੀਤ ਸਿੰਘ ਇਹਨਾਂ ਦੇ ਭਰਾ ਭਾਈ ਸੁਖਜੀਤ ਸਿੰਘ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਕੁਝ ਲਾਈਨਾਂ ਕੁਝ ਸਤਰਾਂ ਸੁਣਾ ਕਰਕੇ ਆਪ ਸਰਬੱਤ ਸੰਗਤ ਨੂੰ ਨਿਹਾਲ ਕੀਤਾ ਹੈ ਸੰਤ ਅਮਰੀਕ ਸਿੰਘ ਜੀ ਮਹਾਂਪੁਰਸ਼ ਦਮਦਮੀ ਟਕਸਾਲ